ਦੇਸ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸੂਰਾ ਟਾਈਮ ਜਿਸ ਜ਼ਮੀਨ 'ਚ ਕਿਸਾਨ ਮਿੱਟੀ 'ਚ ਮਿੱਟੀ ਹੋ ਕੇ ਆਪਣੀਆਂ ਫਸਲਾਂ ਪੈਦਾ ਕਰਦਾ ਹੈ ਅੱਜ ਉਸੇ ਹੀ ਜ਼ਮੀਨ ਦੀ ਰਾਖੀ ਲਈ ਕਿਸਾਨ ਦਿੱਲੀ ਦੀ ਹਿੱਕ ਤੇ ਧਰਨਾ ਲਾਈ ਬੈਠਾ ਹੈ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਇਹ ਤਸਵੀਰਾਂ ਦਿੱਲੀ ਦੇ ਸਿੰਗੂ ਤੇ ਕੁੰਡਲੀ ਬਾਰਡਰ ਦੀਆਂ ਨੇ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਤੁਸੀਂ ਇੱਕ ਦੇਖ ਸਕਦੇ ਹੋ ਇੱਕ ਛੋਟਾ ਪੰਜਾਬ ਜਾਂ ਮਿੰਨੀ ਪੰਜਾਬ ਕਹਿ ਸਕਦੇ ਹਾਂ ਇੱਕ ਵਸਿਆ ਹੋਇਆ ਹੈ ਟਰੈਕਟਰ ਟਰਾਲੀਆਂ ਜਿੱਥੇ ਤੱਕ ਨਜ਼ਰ ਜਾਵੇ ਸਿਰਫ ਟਰੈਕਟਰ ਤੇ ਟਰਾਲੀਆਂ ਹੀ ਨਜ਼ਰ ਆਉਂਦੀਆਂ ਨੇ ਤੇ ਸਾਹਮਣੇ ਇੱਕ ਪੈਟਰੋਲ ਪੰਪ ਹੈ ਉੱਥੇ ਟੈਂਟ ਸਿਟੀ ਵੀ ਕਿਸਾਨਾਂ ਲਈ ਬਣਾਈ ਗਈ ਹੈ ਦੱਸ ਦਈਏ ਕਿ ਅੱਜ 25ਵਾਂ ਦਿਨ ਸ਼ੁਰੂ ਹੋ ਚੁੱਕਾ ਹੈ ਕਿਸਾਨੀ ਮੋਰਚੇ ਦਾ ਤੇ ਅੱਜ ਕਿਸਾਨਾਂ ਦੀ ਜਿਹੜੀ ਤਾਦਾਦ ਹੈ ਉਹ ਲਗਾਤਾਰ ਵਧਦੀ ਹੀ ਜਾ ਰਹੀ ਹੈ ਲਗਭਗ 1 ਮਹੀਨਾ ਹੋ ਚੱਲਿਆ ਹੈ ਕਿਸਾਨਾਂ ਨੂੰ ਦਿੱਲੀ ਦੀ ਹਿੱਕ ਤੇ ਮੋਰਚਾ ਲਾਇਆ ਪਰ ਗੱਲ ਹਲੇ ਤੱਕ ਕਿਤੇ ਬਣਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਤੇ ਮੰਗ ਸਿਰਫ ਇੱਕੋ ਹੈ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰੋਣਾ ਇਸ ਦੇ ਵਿੱਚ ਆਲੇ ਹੀ ਦੱਸਦੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਵੀ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਦੇ ਬਾਅਦ ਕੇਂਦਰ ਸਰਕਾਰ ਵੱਲੋਂ ਜਵਾਬ ਮੰਗਿਆ ਗਿਆ ਸੀਗਾ ਸੁਪਰੀਮ ਕੋਰਟ ਵੱਲੋਂ ਤੇ ਹੁਣ ਹਾਲੇ ਤੱਕ ਕੋਈ ਜਿਹੜਾ ਨਤੀਜਾ ਨਿਕਲ ਕੇ ਨਹੀਂ ਆਇਆ ਤੇ ਨਾ ਹੀ ਕੇਂਦਰ ਦੀ ਤੇ ਦੁਬਾਰਾ ਤੋਂ ਕਿਸਾਨਾਂ ਦੇ ਨਾਲ ਕੋਈ ਮੀਟਿੰਗ ਹੋ ਪਾਈ ਹੈ ਤੇ ਇਸ ਦੇ ਵਿਚਾਲੇ ਹੀ ਅੱਜ ਸਵੇਰ ਦੀ ਤੁਹਾਨੂੰ ਖਬਰ ਦੱਸਦੀ ਏ ਕਿ ਪੀਐਮ ਮੋਦੀ ਅਚਨਚੇਤ ਹੀ ਰਕਾਬगंज ਗੁਰਦੁਆਰੇ ਜਾ ਕੇ ਨਤਮਸਤਕ ਹੁੰਦੇ ਨੇ ਕਿਉਂਕਿ ਕੱਲ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸੀ ਜੋ ਕਿਸਾਨਾਂ ਨੇ ਇੱਥੇ ਹੀ ਰਹਿ ਕੇ ਮੋਰਚੇ ਤੇ ਬੈਠ ਕੇ ਹੀ ਰਾਤ ਨੂੰ ਤੇ ਸਵੇਰ ਤੋਂ ਹੀ ਲੈ ਕੇ ਰਾਤ ਤੱਕ ਸ਼ਹੀਦੀ ਦਿਹਾੜੇ ਨੂੰ ਆਪਣਾ ਸਾਰਾ ਸਮਾਂ ਸਮਰਪਣ ਕੀਤਾ ਤੇ ਇਸ ਦੇ ਵਿਚਾਲੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਪਿੱਛੇ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਈਆਂ ਜਾਣ ਕਿ ਇਹ ਸਾਰੀਆਂ ਤਸਵੀਰਾਂ ਇੱਕ ਜਿਵੇਂ ਕਹਿ ਸਕਦੇ ਆ ਕਿ ਇੱਕ ਬਹੁਤ ਹੀ ਵੱਡਾ ਇਕੱਠ ਹੋਇਆ ਪਿਆ ਹੈ 20 20 ਤੋਂ 25 ਕਿਲੋਮੀਟਰ ਦਾ ਇਹ ਪੂਰਾ ਇਕੱਠ ਹੈ NH1 ਹਾਈਵੇ ਹੈ ਜਿਹੜਾ ਦਿੱਲੀ ਨੂੰ ਰੋਕਦਾ ਹੈ ਤੇ ਉਸ ਦੀ ਜਿਹੜੀ ਜਿਹੜਾ ਇਹ ਦਿੱਲੀ ਤੇ ਹਰਿਆਣਾ ਤੋਂ ਵਿੱਚ ਦਿੱਲੀ ਦਾ ਬਾਰਡਰ ਹੈ ਉਸ ਨੂੰ ਰੋਕ ਦਿੱਤਾ ਹੋਇਆ ਹੈ ਜਿਹੜਾ ਇਹ ਮੋਰਚਾ 25ਵੇਂ ਦਿਨ ਸ਼ੁਰੂ ਹੋ ਚੁੱਕਾ ਹੈ ਤੇ ਕਿਸਾਨਾਂ ਦੀ ਲਗਾਤਾਰ ਤਾਦਾਦ ਜਾਰੀ ਹੈ ਹਰਿਆਣਾ ਯੂਪੀ ਪੰਜਾਬ ਤਾਮਿਲਨਾਡੂ ਆਂਧਰਾ ਪ੍ਰਦੇਸ਼ ਤੋਂ ਵੀ ਕਿਸਾਨ ਇੱਥੇ ਆ ਚੁੱਕੇ ਨੇ ਕਿਸਾਨਾਂ ਦਾ ਸਮਰਥਨ ਦੇਣ ਲਈ ਤੇ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਾਉਣ ਲਈ ਪਰ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਇਹਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੋਈ ਵੀ ਗੱਲ ਨਹੀਂ ਕੀਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਹੀ ਇਹ ਜੋ ਮੋਰਚਾ ਹੈ ਇਹ ਲਗਾਤਾਰ ਜਾਰੀ ਹੈ ਤੇ ਦਿਨੋ ਦਿਨ ਵੱਡਾ ਤੇ ਵੱਡਾ ਹੀ ਹੁੰਦਾ ਜਾ ਰਿਹਾ ਹੈ ਤੇ ਕਿਸਾਨਾਂ ਦੀ ਤਾਦਾਦ ਵੰਦੀ ਦੀ ਵੰਦੀ ਹੀ ਜਾ ਰਹੀ ਹੈ ਤੇ ਲਗਾਤਾਰ ਤੁਹਾਨੂੰ ਅਸੀਂ ਇਹ ਲਾਈਵ ਅਪਡੇਟ ਦਿੰਦੇ ਰਵਾਂਗੇ ਜੁੜੇ ਰਹੋ ਤੈਨਿਕ ਸਵੇਰਾ ਦੇ ਨਾਲ ਕੈਮਰਾ ਪਰਸਨ ਕਮਲ ਦੇ ਨਾਲ ਪ੍ਰਿੰਸ ਤਾਗਰਾ ਸਿੰਘੂ ਬਾਰਡਰ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटे में समाधान फ्री फ्री फ्री, फ्री मिया रफीक मोहम्मद मोबाइल चौरासी तीन सौ चौहत्तर